ਅੱ비 ਅੱਜ ਭਗਵੰਤ ਮਾਨ ਦੇ ਵੱਲੋਂ ਐਲਾਨੇ ਜਾਣੇ ਨੇ ਨਵੇਂ ਕੈਬਨਿਟ ਮੰਤਰੀ ਨਵੀਂ ਸਰਕਾਰ ਬਣੀ ਹੈ ਤਾਂ ਨਵੇਂ ਮੰਤਰਾਲੇ ਵੀ ਕੋਸ਼ਿਸ਼ ਕੀਤੇ ਜਾਣਗੇ ਤੇ ਅੱਜ ਇਹ ਵੱਡਾ ਫੈਸਲਾ ਵਿਧਾਨ ਸਭਾ ਦੇ ਵਿੱਚ ਲੈ ਲਿਆ ਜਾਵੇਗਾ ਕਿ ਆਖਿਰਕਾਰ ਮੰਤਰਾਲੇ ਪੰਜਾਬ ਦੇ ਕਿਸ ਨੂੰ ਕਿਸ ਨੂੰ ਦਿੱਤੇ ਜਾਣੇ ਨੇ 18 ਅਹਿਮ ਮੰਤਰਾਲੇ ਹੁੰਦੇ ਨੇ ਤੇ ਐਤਕੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਤਾਂ ਵੱਡੇ ਅਜਿਹੇ ਕੁਚਿਹਰੇ ਨੇ ਅਹਿਮ ਚਿਹਰੇ ਨੇ ਜਿਨ੍ਹਾਂ ਨੂੰ ਮੰਤਰਾਲੇ ਸੌਂਪੇ ਜਾ ਸਕਦੇ ਨੇ ਤੇ ਅੱਜ 18 ਮੰਤਰੀਆਂ ਨੂੰ ਜਿਹੜਾ ਮੰਤਰਾਲੇ ਕੈਬਨਟ ਕੈਬਨਟ ਦਾ ਜਿਹੜਾ ਅੱਜ ਐਲਾਨ ਹੋ ਸਕਦਾ ਹੈ ਅੱਜ ਪੰਜਾਬ ਦੇ ਵਿੱਚ ਭਗਵੰਤ ਮਾਨ ਦੇ ਵੱਲੋਂ ਨਵੀਂ ਬਣੀ ਸਰਕਾਰ ਦੇ ਕੈਬਨਟ ਦਾ ਐਲਾਨ ਕੀਤਾ ਜਾ ਸਕਦਾ ਹੈ ਤੁਹਾਨੂੰ ਕੀ ਲੱਗਦਾ ਕਿਸ ਨੂੰ ਐਤਕੀ ਜਿਹੜਾ ਮੰਤਰਾਲੇ ਸੌਂਪੇ ਜਾਣਗੇ ਨਵੇਂ ਮੁੱਖ ਮੰਤਰੀ ਜਿਹੜੇ ਬਣੇ ਨੇ ਉਹਨਾਂ ਦੀ ਨਵੀਂ ਕੈਬਨਟ ਅੱਜ ਐਲਾਨੀ ਜਾਵੇਗੀ ਪੰਜਾਬ ਨੂੰ ਅੱਜ ਨੌਜਵਾਨ ਮੰਤਰੀ ਵੀ ਮਿਲ ਸਕਦੇ ਨੇ ਇਸ ਇਸ ਦੀਆਂ ਵੀ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਕਿਉਂਕਿ ਜਿੰਨੇ ਵੀ ਆਮ ਆਦਮੀ ਪਾਰਟੀ ਦੇ ਕੈਂਡੀਡੇਟਾਂ ਨੇ ਇਸ ਵਾਰ ਜਿੱਤ ਪ੍ਰਾਪਤ ਕੀਤੀ ਹੈ ਉਹਨਾਂ ਦੇ ਵਿੱਚੋਂ 50 ਸਾਲ ਤੋਂ ਘੱਟ ਉਮਰ ਦੇ ਦੇ ਨਹੀਂ ਜਿਹੜੀ ਜਿੱਤ ਹਾਸਲ ਕੀਤੀ ਹੈ ਤਾਂ ਕਿਆ ਸਰਾਈਆਂ ਇਹ ਬਹੁਤ ਤੇਜ਼ ਨੇ ਕਿ ਐਤ ਕੀ ਮੰਤਰਾਲੇ ਦੇ ਵਿੱਚ ਘੱਟ ਉਮਰ ਦੇ ਨੌਜਵਾਨ ਵਿਵੇਖਣ ਨੂੰ ਮਿਲ ਸਕਦੇ ਨੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੀਐਮ ਭਗਵੰਤ ਮਾਨ ਲਗਾਤਾਰ ਜਿਹੜੇ ਨੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਅੱਜ ਵਿਧਾਨ ਸਭਾ ਦਾ ਦੂਜਾ ਦਿਨ ਹੈ ਤੇ ਅੱਜ ਨਵੀਂ ਕੈਬਨਿਟ ਦਾ ਐਲਾਨ ਹੋ ਜਾਵੇਗਾ 18 ਮੰਤਰੀ ਜਿਹੜੇ ਨੇ ਪੰਜਾਬ ਦੇ ਕੋਸ਼ਿਦ ਕੀਤੇ ਜਾਣਗੇ ਜੋ ਵੱਖ-ਵੱਖ ਮੰਤਰਾਲੇ ਚਲਾਣਗੇ ਤੇ ਪੰਜਾਬ ਨੂੰ ਲਾਈਨ ਤੇ ਲੈ ਕੇ ਆਣਗੇ ਤੇ ਵੱਖ-ਵੱਖ ਚੀਜ਼ਾਂ ਸਹੀ ਤਰੀਕੇ ਨਾਲ ਲੈ ਕੇ ਆਣਗੇ ਦੱਸ ਦਈਏ ਕਿ ਅਮਨ अरोੜਾ ਬਲਤੀਮਾ ਪ੍ਰੋਫੈਸਰ ਬਲਜਿੰਦਰ ਕੌਰ ਸਰਬਜੀਤ ਕੌਰ ਮੀਤ ਹੈ ਯਾਰ ਇਹ ਉਹ ਚਾਰੇ ਨੇ ਨਾਮੀ ਚਾਰੇ ਨੇ ਆਮ ਆਦਮੀ ਪਾਰਟੀ ਦੇ ਜੋ ਦੋ ਦੋ ਵਾਰ ਆਪਣੀ ਸੀਟਾਂ ਤੋਂ ਜਿੱਤ ਚੁੱਕੇ ਨੇ ਵਿਧਾਇਕ ਰਹਿ ਚੁੱਕੇ ਨੇ ਤੇ ਹਰ ਕਿਸੇ ਨੂੰ ਲੱਗਦਾ ਹੈ ਕਿ ਇਹਨਾਂ ਚੋਂ ਕਿਸੇ ਨੂੰ ਕਿਸੇ ਨੂੰ ਮੰਤਰਾਲੇ ਇਕ ਨਾ ਇੱਕ ਕੈਬਨਟ ਮੰਤਰੀ ਜਿਹੜਾ ਬਣਾਇਆ ਜਾ ਸਕਦਾ ਹੈ ਲਾਕਿ ਸੌਚ ਚੁੱਕ ਸਮਾਗਮ ਜਿਹੜਾ ਮੰਤਰਾਲਿਆਂ ਦਾ ਕੈਬਨਟ ਜਿਹੜੀ ਬਣੇਗੀ ਗਠਨ ਜਿਹਦਾ ਅੱਜ ਹੋਏਗਾ ਤਾਂ ਉਹਨਾਂ ਨੂੰ ਕੱਲ ਸੌਚ ਚੁਕਾਈ ਜਾਵੇਗੀ ਪਰ ਅੱਜ ਵੱਡਾ ਐਲਾਨ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕੀਤਾ ਜਾਏਗਾ ਕੈਬਨਿਟ ਦਾ ਐਲਾਨ ਵੱਡੀ ਗਿਣਤੀ ਦੇ ਵਿੱਚ ਕਿਉਂਕਿ ਇਹ ਬੇहद ਜ਼ਰੂਰੀ ਹੈ ਕਿਸੇ ਵੀ ਸਰਕਾਰ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੇ ਲਈ ਕਿ ਕੈਬਨਿਟ ਦੇ ਵਿੱਚ ਜਿੰਨਾ ਮੰਤਰਾਲਿਆਂ ਨੂੰ ਮੰਤਰੀ ਕੋਸ਼ਿਤ ਕੀਤਾ ਜਾਏਗਾ ਤਾਂ ਉਹ ਆਪਣਾ ਕੈਬਨਿਨਟ ਸਹੀ ਤਰੀਕੇ ਦੇ ਨਾਲ ਜਿਹੜਾ ਸੁਚਾਰੂ ਰੂਪ ਨਾਲ ਚਲਾਣ ਤਾਂ ਇਸ ਦੇ ਬਾਬਤ ਅੱਜ ਮੀਟਿੰਗ ਵੀ ਵਿਧਾਨ ਸਭਾ ਦੇ ਵਿੱਚ ਹੋਏਗੀ ਤੇ ਵਿਧਾਨ ਸਭਾ ਦੇ ਵਿੱਚ ਅੱਜ ਐਲਾਨੇ ਜਾਣਗੇ ਕੈਬਨਿਟ ਮੰਤਰੀ ਪਰ ਦੱਸਦੀ ਹੈ ਕਿ ਕਿਆਸਰਾਈਆਂ ਬਹੁਤ ਤੇਜ਼ੀ ਦੇ ਨਾਲ ਇਹ ਸਾਹਮਣੇ ਆ ਰਹੀਆਂ ਨੇ ਕਿ ਨੌਜਵਾਨਾਂ ਨੂੰ ਵੀ ਇਸ ਵਾਰ ਮੰਤਰਾਲੇ ਸੌਂਪੇ ਜਾ ਸਕਦੇ ਨੇ ਕਿਉਂਕਿ ਗਿਣਤੀ ਦੇ ਵਿੱਚ ਐਤਕੀ ਜਿਹੜੇ ਜਿਨ੍ਹਾਂ ਨੇ ਜਿੱਤ ਹਾਸਲ ਕੀਤੀ ਆਮ ਆਦਮੀ ਪਾਰਟੀ ਦੇ ਵਿੱਚੋਂ ਤਾਂ ਉਹ ਕਈ ਅਜਿਹੇ ਚਾਰੇ ਨੇ ਜੋ ਨੌਜਵਾਨ ਨੇ ਤੇ ਜਿਨ੍ਹਾਂ ਨੂੰ ਅੱਗੇ ਆਉਣ ਦਾ ਮੌਕਾ ਸ਼ਾਇਦ ਭਗਵੰਤ ਮਾਨ ਨੂੰ ਵੱਦਲੋ ਦੇ ਦਿੱਤਾ ਜਾ ਸਕਦਾ ਹੈ ਕਿਉਂਕਿ ਲਗਾਤਾਰ ਅਜਿਹੀਆਂ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਕਿ ਕੈਬਨਿਟ ਜਦੋਂ ਗਠਨ ਕੀਤੀ ਜਾਏਗੀ 18 ਮੰਤਰਾਲੇ ਸੌਂਪੇ ਜਾਣਗੇ ਤਾਂ ਹਰੇਕ ਨੂੰ ਇੱਕ ਇੱਕ ਮੰਤਰਾਲੇ ਜਿਹੜਾ ਸੌਂਪੇ ਜਾਏਗਾ ਕਿਸੇ ਨੂੰ ਵੀ ਦੋ ਮੰਤਰਾਲੇ ਜਿਹੜੇ ਇਕੱਠੇ ਨਹੀਂ ਸੌਂਪੇ ਜਾਣਗੇ ਵੱਖ-ਵੱਖ ਕੈਂਡੀਡੇਟਸ ਨੂੰ ਜਿਹੜਾ ਜਿਹੜੇ ਉਮੀਦਵਾਰ ਜਿੱਤੇ ਨੇ ਉਹਨਾਂ ਨੂੰ ਵਿਧਾਇਕਾਂ ਨੂੰ ਅਲੱਗ-ਅਲੱਗ ਮੰਤਰਾਲੇ ਦਿੱਤੇ ਜਾਣਗੇ ਮਤਲਬ ਪੰਜਾਬ ਨੂੰ ਕੈਬਨਿਟ ਦੇ ਵਿੱਚ 18 ਮੰਤਰੀ ਹੀ ਮਿਲਣਗੇ ਵੱਖ-ਵੱਖ ਉਮੀਦਵਾਰ ਜਿਹੜੇ ਵੀ ਜਿੱਤੇ ਨੇ ਜਿਵੇਂ ਕਿ ਚਿਹਰੇ ਅਸੀਂ ਤੁਹਾਨੂੰ ਦੱਸ ਦੇ ਕਿ ਜਿਹੜੇ ਬਿਹਤ ਖਾਸ ਨੇ ਜਿਨ੍ਹਾਂ ਨੂੰ ਕਿਆਸ ਰਹੀਆਂ ਬਿਲਕੁਲ ਤੇਜ਼ ਨੇ ਤੇ ਸ਼ਾਇਦ ਇਹਨਾਂ ਨੂੰ ਮੰਤਰੀਆਂ ਵੱਜੋਂ ਐਲਾਨਿਆ ਜਾ ਸਕਦਾ ਹੈ ਅੱਜ ਅਮਨ अरोड़ा ਇੱਕ ਅਜਿਹੇ ਚਿਹਰੇ ਨੇ ਨਾਮੀ ਚਿਹਰੇ ਨੇ ਉਤਪਾਧਰਪਾਲ ਜੀ ਮਾ ਦੀ ਗੱਲ ਕਰ ਲਈਏ ਜਾਂ ਫਿਰ ਪ੍ਰੋਫੈਸਰ ਬਲਜਿੰਦਰ ਕੌਰ ਦੀ ਗੱਲ ਕਰ ਲਈਏ ਸਰਬਜੀਤ ਕੌਰ ਦੀ ਗੱਲ ਕਰ ਰਹੀ ਹੈ ਮੀਥ ਯਾਰ ਇਹ ਉਹ ਚਿਹਰੇ ਨੇ ਜਿਨ੍ਹਾਂ ਨੂੰ ਮੰਤਰਾਲੇ ਮਿਲਣਾ ਲਗਭਗ ਤੈ ਜਾਂ ਫਿਰ ਇਹ ਚਿਹਰੇ ਨੇ ਪ੍ਰਮੁੱਖ ਚਿਹਰੇ ਨੇ ਜੋ ਆਮ ਆਦਮੀ ਪਾਰਟੀ ਦੇ ਵਿੱਚ ਚਰਚਿਤ ਵਿਸ਼ਾ ਰਹੇ ਨੇ ਹਰੇਕ ਮੁੱਦੇ ਦੇ ਤੇ ਆਪਣੀ رائے ਜਿਹੜੀ ਹੈ ਸਪਸ਼ਟ ਕੀਤੀ ਹੈ ਪਰ ਅੱਜ ਵੱਡਾ ਐਲਾਨ ਹੋਣਾ ਹੈ ਪੰਜਾਬ ਦੇ ਵਿੱਚ ਕੈਬਨਟ ਦਾ ਗਠਨ ਜਿਹੜਾ ਅੱਜ ਹੋ ਜਾਏਗਾ ਤੇ ਪਤਾ ਚੱਲ ਜਾਏਗਾ ਕਿ ਕਿਹੜਾ ਮੰਤਰਾਲੇ ਪੰਜਾਬ ਦੇ ਵਿੱਚ ਕਿਸ ਨੂੰ ਸੌਪ ਦਿੱਤਾ ਜਾਂਦਾ ਹੈ ਤੇ ਪੰਜਾਬ ਨੂੰ ਸਹੀ ਤੇ ਸੁਚਾਰੂ ਰੂਪ ਦੇ ਨਾਲ ਜਿਹੜਾ ਨੇ ਇਹਨਾਂ ਮੰਤਰੀਆਂ ਦੇ ਵੱਲੋਂ ਚਲਾਇਆ ਜਾਏਗਾ ਕੱਲ ਨੂੰ ਹੈਗਾ ਕਿ ਇਹ ਕੈਬਨਿਟ ਮੰਤਰੀ ਜਿਹੜੇ ਨੇ ਸੋਚ ਚੁੱਕਣਗੇ ਤੇ ਉਸ ਤੋਂ ਬਾਅਦ ਜਿਹੜਾ ਕਾਰਜਕਾਲ ਜਿਹੜਾ ਸ਼ੁਰੂ ਹੋ ਜਾਏਗਾ ਲਾ ਕੇ 3 ਦਿਨ ਦਾ ਵਿਧਾਨ ਸਭਾ ਦਾ ਸੈਸ਼ਨ ਹੋਏ ਜਿਹੜਾ ਐਲਾਨਿਆ ਗਿਆ ਸੀ 17 18 ਤੇ 19 ਦਾ ਤੇ ਇਹ ਜਿਹੜਾ ਸੈਸ਼ਨ ਲਗਾਤਾਰ ਚੱਲੇਗਾ ਤੇ ਇਸ ਦੇ ਵਿਚਾਲੇ ਅੱਜ ਇਹ ਵੱਡਾ ਫੈਸਲਾ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਲਿੱਤਾ ਜਾਏਗਾ ਕਿ ਕੈਬਨਿਟ ਦੇ ਵਿੱਚ ਕਿਹੜੇ-ਕਿਹੜੇ ਮੰਤਰੀ ਜਿਹੜੇ ਨੇ ਆਪਣਾ ਅਹੁਦਾ ਐਜ਼ ਅ ਮਨਿਸਟਰ ਜਿਹੜਾ ਨੇ ਸਾਂਭਣਗੇ ਕਿਉਂਕਿ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕੈਬਨਿਟ ਦੇ ਵਿੱਚ ਰਹਿੰਦਿਆਂ ਹੋਇਆਂ ਤੁਹਾਨੂੰ ਵਿਧਾਨ ਸਭਾ ਦੇ ਵਿੱਚ ਰਹਿੰਦਿਆਂ ਹੋਇਆਂ ਕਈ ਵੱਡੇ ਐਲਾਨ ਕਰਨੇ ਪੈਂਦੇ ਨੇ ਕਈ ਵੱਡੇ-ਵੱਡੇ ਡਿਸੀਜਨ ਆਪਣੇ ਤੌਰ ਤੇ ਲੈਣੇ ਪੈਂਦੇ ਨੇ ਤਾਂ ਅੱਜ ਕੈਬਨਟ ਜਿਹੜੀ ਆ ਪੰਜਾਬ ਸਰਕਾਰ ਦੀ ਤਿਆਰ ਹੋ ਜਾਵੇਗੀ ਤੇ ਵੱਖ-ਵੱਖ ਮੰਤਰਾਲੇ ਜਿਹੜੇ ਨੇ ਸੌਪ ਦਿੱਤੇ ਜਾਣਗੇ ਵੱਖ-ਵੱਖ ਵਿਧਾਇਕਾਂ ਨੂੰ ਤੇ ਉਹਨਾਂ ਨੂੰ ਕੈਬਨਟ ਦਾ ਹਿੱਸਾ ਬਣਾ ਦਿੱਤਾ ਜਾਵੇਗਾ ਤੇ ਤੁਸੀਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਅੱਜ ਕੀ ਲੱਗਦਾ ਹੈ ਕਿ ਕਿਸ ਨੂੰ ਮੰਤਰਾਲੇ ਜਿਹੜਾ ਸੌਪਿਆ ਜਾ ਸਕਦਾ ਹੈ ਕਿਸ ਨੂੰ ਵੱਡੀ ਗਿਣਤੀ ਦੇ ਵਿੱਚ ਕੈਬਨਿਟ ਦਾ ਹਿੱਸਾ ਬਣਨ ਦਾ ਮੌਕਾ ਮਿਲ ਸਕਦਾ ਹੈ ਕਿਸ ਨੂੰ ਐਤਕੀ ਪਹਿਲੀ ਵਾਰ ਕੈਬਨਿਟ ਸੌਂਪੀ ਜਾ ਸਕਦੀ ਹੈ ਕਿਉਂਕਿ ਇਹ ਵੀ ਕਾਸ ਰਹੀਆਂ ਨੇ ਕਿ ਨੌਜਵਾਨਾਂ ਨੂੰ ਵੀ ਐਤਕੀ ਜਿਹੜਾ ਕੈਬਨਿਟ ਦਾ ਹਿੱਸਾ ਬਣਨ ਦਾ ਮੌਕਾ ਜ਼ਰੂਰ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਦਿੱਤਾ ਜਾਵੇਗਾ